जून 1984 ऑपरेशन ब्लू स्टार। ऑपरेशन ब्लू स्टार बारे अजिहा की है जिहड़ा लोगों नूं जिन्ना उत्सुक करता है उन्ना ही गुस्सा दिवांदा है। देखो साड़ी विशेष लड़ी च ऑपरेशन ब्लू स्टार अनकही दास्तान। ਜ਼ਿਲ੍ਹਾ ਪਠਾਨਕੋਟ ਵਿੱਚ ਦੋ ਅਣਪਛਾਤੇ ਨੌਜਵਾਨਾਂ ਨੇ ਇੱਕ ਔਰਤ ਦਾ ਏ ਟੀ ਐੱਮ ਕਾਰਡ ਬਦਲ ਕੇ ਉਸ ਵਿੱਚੋਂ 2.5 ਲੱਖ ਰੁਪਏ ਕੱਢ ਲਏ ਨੇ। ਔਰਤ ਮੁਤਾਬਕ ਦੋ ਨੌਜਵਾਨ ਉਸ ਦੇ ਨਾਲ ਹੀ ਏ ਟੀ ਐੱਮ ਅੰਦਰ ਆ ਗਏ ਅਤੇ ਉਸ ਦੀ ਮਦਦ ਕਰਨ ਦੇ ਬਹਾਨੇ ਉਸ ਨਾਲ ਆਪਣਾ ਏ ਟੀ ਐੱਮ ਕਾਰਡ ਬਦਲ ਲਿਆ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਅਤੇ ਸੀ ਸੀ ਟੀ ਵੀ ਫੁਟੇਜ ਜਾਰੀ ਕਰ ਦਿੱਤੀ ਹੈ। ਦੋਸ਼ੀ ਫਿਲਹਾਲ ਫਰਾਰ ਦੱਸੇ ਜਾ ਰਹੇ ਨੇ। ਏ ਟੀ ਐੱਮ 'ਚ ਪੈਸੇ ਕਢਾਉਣ ਵਾਸਤੇ ਗਈ ਸੀ ਸਰ, ਉਹ ਤਾਂ ਮੈਂ ਨਾ ਜਾ ਕੇ ਏ ਟੀ ਐੱਮ 'ਚ ਮਤਲਬ ਕਾਰਡ ਪਾਇਆ ਅਤੇ ਨਾ ਮੁੰਡਾ ਮੇਰੇ ਦੋ ਲੜਕੇ ਪਿੱਛੇ ਖੜੇ ਸੀ। ਇੱਕ ਲੜਕਾ ਮਤਲਬ ਕਿ ਉਹ ਕਹਿੰਦਾ ਕਿ ਮੈਡਮ ਜੀ ਤੁਸੀਂ ਗਲਤ ਮਤਲਬ ਕਿ ਕਾਰਡ ਪਾਇਆ ਅਤੇ ਮੈਨੂੰ ਮਤਲਬ ਕਿ ਦੱਸੋ ਮੈਂ ਚੈੱਕ ਕਰਦਾ। ਉਹ ਮੇਰੇ ਪਿੱਛੇ ਖੜਾ ਸੀ, ਜਿਸ ਤਰ੍ਹਾਂ ਮੈਂ ਨੰਬਰ ਲਗਾਇਆ ਉਹਨੇ ਨੰਬਰ ਦੇਖ ਲਿਆ ਔਰ ਇਸ ਤਰ੍ਹਾਂ ਮੇਰਾ ਚੋ ਇਸ ਤਰ੍ਹਾਂ ਕਾਰਡ ਖੋ ਕੇ ਵਿੱਚ ਪਾਇਆ ਔਰ ਉਸੇ ਟਾਈਮ ਹੀ ਮੈਨੂੰ ਦੂਸਰਾ ਕੰਮ ਦੱਸਤਾ ਕਾਰਡ ਫੜਾ ਕੇ ਔਰ ਮੇਰਾ ਕਾਰਡ ਕਿਲਾ ਗਿਆ। ਕਿਸੇ ਨੇ ਕੋਈ ਉਹਦਾ ਏ ਟੀ ਐੱਮ ਕਾਰਡ ਬਦਲ ਕੇ ਉਹਦੇ 'ਚ ਪੈਸੇ ਕਢਾਏ ਆ ਅਤੇ ਉਹ ਅਸੀਂ ਸੀ ਸੀ ਟੀ ਵੀ ਫੁਟੇਜ ਕਢਾ ਲਈ ਆ, ਉਹਦੇ 'ਚ ਫੋਟੋ ਵੀ ਆਈ ਹੋਈ ਹੈ। ਉਹ ਇਨਵੈਸਟੀਗੇਸ਼ਨ ਮੈਂ ਡੀ ਐੱਸ ਪੀ ਸਿਟੀ ਨੂੰ ਦਿੱਤੀ ਹੈ, ਉਹ ਕਾਰਵਾਈ ਕਰ ਰਹੇ ਸੀ, ਉਹਨੂੰ ਅਸੀਂ ਟੇਸਟ ਕਰ ਲਵਾਂਗੇ। ਉਹ ਅਸੀਂ ਦੇਖ ਲਵਾਂਗੇ, ਸਟੱਡੀ ਕਰਾਂਗੇ, ਜਿੱਥੇ ਹੋਊਗਾ ਤੋਂ ਇਨਸ਼ੋਰ ਕਰਾਵਾਂਗੇ ਸਾਰੇ ਕੈਮਰੇ ਲੱਗਣ, ਕਿਉਂਕਿ ਸਾਨੂੰ ਇਨਵੈਸਟੀਗੇਸ਼ਨ ਦੀ ਹੈਲਪ ਮਿਲਦੀ ਹੈ ਜੀ। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਤੇ ਕਿਤੋਂ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦੇਖਾਂਗੇ ਯੂਟਿਊਬ ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।